ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਜੀ, ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਨੋਟੇਸ਼ਨ ਕਰਾਂਗੇ ਜੀ ਸ਼ਬਦ ਦੀ। ਦਾਦਰੇ ਦੇ ਵਿੱਚ ਇਹ ਰੀਤ ਹੈ ਜੀ, ਪ੍ਰਿੰਸੀਪਲ ਦਿਆਲ ਸਿੰਘ ਜੀ ਦੀ ਇਹ ਬੰਦਿਸ਼ ਹੈ ਜੀ, ਇਹ ਆਪਾਂ ਸਿੱਖਾਂਗੇ ਅੱਜ। ਰਾਗ ਸਿਵਰੰਜਣੀ ਔੜਬ ਜਾਤੀ ਦਾ ਇਹ ਰਾਗ ਹੈ ਜੀ। ਇਹਦੇ ਵਿੱਚ ਨੀ ਔਰ ਮਾਂ ਵਰਜਿਤ ਨੇ ਜੀ, ਗਾ ਕੋਮਲ ਤੇ ਬਾਕੀ ਦੇ ਸਾਰੇ ਸ਼ੁੱਧ ਸੁਰ ਨੇ। ਦੂਜੇ ਕਾਲੇ ਤੇ ਆਪਾਂ ਦੇਖਾਂਗੇ ਮਾਤਰਾ। ਦਾ ਦਿਨਾ ਦਾ ਤਿੰਨਾ ਦਾ ਦਿਨਾ ਦਾ ਤਿੰਨਾ ਦਾ ਸਾ ਦਾ ਸਾ ਰੇ ਗਾ ਗਾ ਆ ਰੇ ਰੇ ਗਾ ਰੇ ਸਾ ਸਾ ਦਾ ਸਾ ਦਾ ਸਾ ਰੇ ਗਾ ਗਾ ਆ ਰੇ ਰੇ ਗਾ ਰੇ ਸਾ ਸਾ ਦਾ ਸਾ ਦਾ ਸਾ ਰੇ ਗਾ ਗਾ ਆ ਰੇ ਰੇ ਗਾ ਰੇ ਸਾ ਸਾ ਦਾ ਸਾ ਦਾ ਸਾ ਰੇ ਗਾ ਗਾ ਆ ਰੇ ਰੇ ਗਾ ਰੇ ਸਾ ਸਾ। ਠੀਕ ਹੈ ਜੀ, ਪਹਿਲੀ ਲੈਣ ਇਹਦੇ ਉੱਪਰ ਕਿਵੇਂ ਲੱਗ ਜੂ? ਮਾਰੋ ਮਾਰੋ ਜਲਦੀ ਪਿਆਸ ਨਾ ਜਾਏ, ਮਾਰੋ ਜਲਦੀ ਪਿਆਸ ਨਾ ਜਾਏ, ਮਾਰੋ ਜਲਦੀ ਪਿਆਸ ਨਾ ਜਾਏ। ਪਹਿਲੀ ਤਾਂ ਹੋਗੀ ਜੀ, ਦੁਬਾਰਾ ਪਾ 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 ਦਾ ਸਦਾ ਪਾ ਗਾ ਗਾ ਰੇ ਗਾ ਰੇ ਸਾ ਸਾ ਪਾ 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 ਦਾ ਸਦਾ ਪਾ ਗਾ ਗਾ ਰੇ ਗਾ ਰੇ ਸਾ ਸਾ ਪਾ 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 ਦਾ ਸਦਾ ਪਾ ਗਾ ਗਾ ਰੇ ਗਾ ਰੇ ਸਾ ਸਾ ਪਾ 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 ਦਾ ਸਦਾ ਪਾ ਗਾ ਰੇ ਗਾ ਰੇ ਸਾ ਸਾ ਪਾ 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 ਦਾ ਸਦਾ ਪਾ ਗਾ ਗਾ ਰੇ ਗਾ ਰੇ ਸਾ। ਇਹਦੇ ਲੱਗ ਜੂ ਜਲ ਮਹਿ ਅਗਨ ਉੱਠੀ ਅਧਕਾਏ, ਜਲ ਮਹਿ ਅਗਨ ਉੱਠੀ ਅਧਕਾਏ, ਮਾਰੋ ਜਲ ਕੀ ਪਿਆਸ ਨਾ ਜਾਏ, ਮਾਰੋ ਜਲ ਕੀ ਪਿਆਸ ਨਾ ਜਾਏ। ਅੰਤਰਾ ਦੇਖ ਲਓ ਜੀ, ਪਾ ਪਾ ਦਾ ਦਸ ਸਾ ਸਾ ਪਾ ਪਾ ਦਾ ਦਸ ਸਾ ਸਾ ਸਾਰੇ ਗਾ
ਸਾ 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 ਨਿਧ ਹੋ ਸਾਰੇ ਰੇ ਗਾ ਜਲ ਕਾ ਰੇ ਸਾ ਸਾ ਮੀਨਾ ਦੁਬਾਰਾ ਦਸਾ ਦਾ ਪਾ ਜਲ ਮਹਿ ਜਲ ਮਹਿ ਰਹੋ ਗਾ 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 ਜਲ ਮਹਿ ਰਹੋ ਲੈ ਜਲ ਮੈਂ ਜਲ 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 ਮੈਂ ਪਤਾ ਲੱਗਿਆ ਤੇ ਸਾਨੂੰ ਕਮੈਂਟ ਕਰ ਦਿਓ ਬੀਬੀਆਂ ਇੱਥੋਂ ਨਾਲ ਸਾਰੇ ਦਾ ਪਾ ਸਾਰਾ ਉੱਠੀ ਅਤਕਾਰੇ ਮਾਤ
ਰੋਟੇਸ਼ਨ ਦੇਖ ਕੇ ਲਾ ਲਓ ਜਿਹੜਾ ਨੀ, ਕਹਿਣ ਦਾ ਭਾਵ ਸਹੀ ਲੱਗ ਜੂ। ਬਸ ਇੱਕ ਵਾਰ ਤੁਹਾਡੀ ਜਿਹੜੀ ਸਵਰੰਜਨੀ ਤੁਹਾਨੂੰ ਠੀਕ ਹੈ ਉੱਥੋਂ ਲਾ ਲਿਓ, ਤੇ ਨੋਟੇਸ਼ਨ ਤੁਸੀਂ ਸਾਥੋਂ ਮੰਗਵਾ ਲਿਓ, ਪੈ ਜਾਂਦੀ ਤਰ੍ਹਾਂ ਵਟਸਐਪ ਤੇ ਜਾਂ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਲਿੰਕ ਦੇਵਾਂਗੇ, ਉੱਥੋਂ ਲੈ ਲਿਓ ਜੀ। ਤੇ ਇਹਨੂੰ ਚੰਗੀ ਤਰ੍ਹਾਂ ਲਾ ਲਿਓ, ਵਧੀਆ ਕੰਪੋਜੀਸ਼ਨ ਹੈ, ਵਧੀਆ ਪਿਆਰ ਦੇ ਨਾਲ ਇਹਨੂੰ ਫਿਰ ਤੁਸੀਂ ਕੀਰਤਨ ਕਰ ਸਕਦੇ ਹੋ ਤਾਂ ਗਾ ਸਕਦੇ ਹੋ। ਹੋਈਆਂ ਭੁੱਲਾਂ ਦੀ ਮਾਫ਼ੀ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।